ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਪੰਜਾਬ ਐਫਸੀਆਈ ਵਾਚਮੈਨ ਦੇ ਐਗਜ਼ਾਮ ਦੇਣ ਵਾਲੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਇਸ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਇੱਕ ਵਾਰੀ ਜ਼ਰੂਰ ਦੇਖਿਓ ਠੀਕ ਹੈ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਕਰੰਟ ਅਫੇਅਰਸ ਕਵਰ ਕਰਾਂਗੇ ਫਰਵਰੀ ਤੋਂ ਲੈ ਕੇ ਜੁਲਾਈ ਤੱਕ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਐਗਜ਼ਾਮ ਦੇ ਵਿੱਚ ਲਗਭਗ 25 ਤੋਂ 30 ਕੁਐਸਚਨ ਠੀਕ ਹੈ 25 ਤੋਂ 30 ਕੁਐਸਚਨ ਆਪਾਂ ਨੂੰ ਕਰੰਟ ਅਫੇਅਰ ਦੇ ਦੇਖਣ ਨੂੰ ਮਿਲਣਗੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਾ ਸਕਦੇ ਹੋ ਕਿ ਕਰੰਟ ਅਫੇਅਰ ਕਿੰਨੇ ਕੁ ਜ਼ਿਆਦਾ ਇੰਪੋਰਟੈਂਟ ਨੇ ਠੀਕ ਹੈ ਤਾਂ ਇਸ ਕਰਕੇ ਸਾਰੇ ਕੁਐਸਚਨਸ ਨੂੰ ਜ਼ਰੂਰ ਧਿਆਨ ਨਾਲ ਪੜਿਓ ਜਿਹੜੇ ਕੁਐਸਚਨ ਤੁਹਾਨੂੰ ਆਂਦੇ ਨੇ ਉਹਨਾਂ ਨੂੰ ਰਿਵੀਜ਼ਨ ਕਰ ਲਿਓ ਜਿਹੜੇ ਕੁਐਸਚਨ ਤੁਹਾਨੂੰ ਨਵੇਂ ਲੱਗੇ ਉਹਨਾਂ ਨੂੰ ਜ਼ਰੂਰ ਕਾਪੀ ਦੇ ਵਿੱਚ ਨੋਟ ਕਰ ਲਿਓ ਤਾਂ ਆਪਾਂ ਡੇਲੀ ਸੈੱਟ ਵਾਈਜ਼ ਕਰੰਟ ਅਫੇਅਰ ਨੂੰ ਕਵਰ ਕਰਦੇ ਜਾਵਾਂਗੇ ਇਸ ਕਰਕੇ ਚੈਨਲ ਨੂੰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੂੜ ਤੋਂ ਸਬਸਕ੍ਰਾਈਬ ਕਰ ਲਓ ਠੀਕ ਹੈ ਤਾਂ ਸਟਾਰਟ ਕਰਦੇ ਆਂ ਅੱਜ ਦੀ ਇਹ ਵੀਡੀਓ ਇੱਕ ਵਾਰੀ ਜ਼ਰੂਰ ਸਾਰੇ ਕੁਐਸਚਨ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਤਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਤਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਪਹਿਲਾ ਕੁਐਸਚਨ ਦੇਖਦੇ ਆਂ ਫਰਸਟ ਕੁਐਸਚਨ ਫਰਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਏ ਕਿ ਉੱਤਰ ਭਾਰਤ ਦੇ ਵਿੱਚ ਪਹਿਲਾ ਕੁੱਤਿਆਂ ਦਾ ਪਾਰਕ ਕਿੱਥੇ ਸਥਾਪਿਤ ਕੀਤਾ ਗਿਆ ਏ ਠੀਕ ਹੈ ਡੌਗਸ ਪਾਰਕ ਪੁੱਛਿਆ ਇਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਕਿੱਥੇ ਸਥਾਪਿਤ ਕੀਤਾ ਗਿਆ ਏ ਤਾਂ ਉਹ ਸਥਾਪਿਤ ਕੀਤਾ ਗਿਆ ਜੀ ਚੰਡੀਗੜ੍ਹ ਵਿਖੇ ਠੀਕ ਹੈ অপਸ਼ਨ ਨੰਬਰ B ਜਿਹੜਾ ਬਿਲਕੁਲ ਸਹੀ ਆਨਸਰ ਹੈ ਚੰਡੀਗੜ੍ਹ ਵਿਖੇ ਪਹਿਲਾ ਡੌਗਸ ਪਾਰਕ ਸਥਾਪਿਤ ਕੀਤਾ ਗਿਆ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 2 ਦੇ ਵਿੱਚ ਪੁੱਛਿਆ ਗਿਆ ਆਪਣੇ ਤੋਂ ਕਿਸ ਰਾਜ ਸਰਕਾਰ ਨੇ 20 ਲੱਖ ਕਿਸਾਨਾਂ ਦੇ ਖਾਤੇ ਦੇ ਵਿੱਚ 400 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਠੀਕ ਹੈ ਕਿਹੜੀ ਗਵਰਨਮੈਂਟ ਹੈ ਜਿਨੇ ਕੇ 20 ਲੱਖ ਕਿਸਾਨਾਂ ਦੇ ਅਕਾਊਂਟ ਦੇ ਵਿੱਚ 400 ਕਰੋੜ ਰੁਪਏ ਟਰਾਂਸਫਰ ਕੀਤੇ ਤਾਂ ਉਹ ਕਿਤੇ ਨੇ ਜੀ ਮੱਧ ਪ੍ਰਦੇਸ਼ ਦੀ ਗਵਰਨਮੈਂਟ ਨੇ ਠੀਕ ਹੈ ਮੱਧ ਪ੍ਰਦੇਸ਼ ਦੀ ਜਿਹੜੀ ਗਵਰਨਮੈਂਟ ਹੈ ਉਸਨੇ 20 ਲੱਖ ਕਿਸਾਨਾਂ ਦੇ ਖਾਤਿਆਂ ਦੇ ਵਿੱਚ 400 ਕਰੋੜ ਰੁਪਏ ਟਰਾਂਸਫਰ ਕੀਤੇ ਨੇ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 3 ਹਾਲ ਹੀ ਦੇ ਵਿੱਚ ਅਕਾਲ ਚਲਾਣਾ ਹੋਏ ਇੰਦਰਜੀਤ ਦੇਵ ਮਸ਼ਹੂਰ ਸਹ ਹੋਏ ਸਨ ਜਿਹੜੇ ਇੰਦਰਜੀਤ ਦੇਵ ਨੇ ਉਹਨਾਂ ਦੀ ਹਾਲ ਦੇ ਵਿੱਚ ਡੈਥ ਹੋਈ ਹੈ ਠੀਕ ਹੈ ਤਾਂ ਉਹ ਕੀ ਸਨ ਕਿਹੜੀ ਫੀਲਡ ਦੇ ਵਿੱਚ ਉਹ ਕੰਮ ਕਰਦੇ ਸਨ ਤਾਂ ਉਹ ਹੈਗੇ ਸੀਗੇ ਜੀ ਆਪਣੇ ਅਦਾਕਾਰ ਠੀਕ ਹੈ ਐਕਟਰ ਸੀਗੇ ਉਹ ਇੰਦਰਜੀਤ ਦੇਵ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਡੈਥ ਹੋ ਗਈ ਤਾਂ ਉਹਦੇ ਲਈ ਮਸ਼ਹੂਰ ਸੀ ਉਹ ਦਾਕਾਰੀ ਦੇ ਲਈ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 4 ਕਿਸ ਰਾਜ ਸਰਕਾਰ ਨੇ ਸਪਾਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ 2021 ਸ਼ੁਰੂ ਕੀਤੀ ਹੈ ਠੀਕ ਹੈ ਕਿਹੜੀ ਗਵਰਨਮੈਂਟ ਹੈ ਜਿਸ ਨੇ ਸਪਾਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ ਮੁਹਿੰਮ 2021 ਸ਼ੁਰੂ ਕੀਤੀ ਹੈ ਤਾਂ ਇਹ ਕਿਤੀਜੀ ਹੈ ਇਹ ਕੀਤੀ ਹੈ ਆਪਣੇ ਕਰਨਾਟਕ ਨੇ ਠੀਕ ਹੈ ਕਰਨਾਟਕ ਦੀ ਗਵਰਨਮੈਂਟ ਨੇ ਸਪਾਰਸ਼ਲੇਪਰੋਸੀ ਜਿਹੜੀ ਜਾਗਰੂਕਤਾ ਮੁਹੀਮ ਹੈ ਕੈਂਪੇਨ ਆ ਉਹ ਸ਼ੁਰੂ ਕੀਤੀ ਹੈ ਠੀਕ ਹੈ ਤਾਂ ਆਪਾਂ ਨੂੰ ਪਤਾ ਹੈ ਜਿਹੜਾ ਆਪਣਾ ਲਿਪਰੇਸੀ ਡੇ ਆ ਉਹ ਕਦੋਂ ਮਨਾਇਆ ਜਾਂਦਾ ਉਹ ਮਨਾਇਆ ਜਾਂਦਾ ਹੈ ਆਪਣਾ 30 ਜਨਵਰੀ ਨੂੰ ਠੀਕ ਹੈ 30 ਜਨਵਰੀ ਨੂੰ ਇੰਟਰਨੈਸ਼ਨਲ ਲੇਪਰੋਸੀ ਡੇ ਮਨਾਇਆ ਜਾਂਦਾ ਹੈ ਤਾਂ ਜਿਹੜੀ ਕਰਨਾਟਕ ਦੀ ਗਵਰਨਮੈਂਟ ਹੈ ਉਸਨੇ ਇਹਦੇ ਵਿਰੁੱਧ ਜਿਹੜੀ ਇਹਦੀ ਜਾਗਰੂਕਤਾ ਦੇ ਲਈ ਜਿਹੜੀ ਹੈ ਕੈਂਪੇਨ ਸ਼ੁਰੂ ਕਰੀ ਹੈ ਇੱਕ ਮੁਹੀਮ ਸ਼ੁਰੂ ਕੀਤੀ ਹੈ ਠੀਕ ਹੈ 2021 ਦੇ ਵਿੱਚ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 5 ਅਨ ਭਾਰਤ ਅੰਤਰਰਾਸ਼ਟਰੀ ਸਿਲਕ ਮੇਲੇ ਦੇ 8ਵੇਂ ਸੰਸਕਰਨ ਦਾ ਉਦਘਾਟਨ ਕਿਸ ਨੇ ਕੀਤਾ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਹੈ FCI ਦੇ ਐਗਜ਼ਾਮ ਦੇ ਵਿੱਚ ਜਿਹੜੇ ਕਰੰਟ ਅਫੇਅਰ ਨੇ ਉਹ ਆਪਣੇ ਨੈਸ਼ਨਲ ਕਰੰਟ ਅਫੇਅਰ ਵੀ ਆਣਗੇ ਇੰਟਰਨੈਸ਼ਨਲ ਕਰੰਟ ਅਫੇਅਰ ਵੀ ਆਣਗੇ ਠੀਕ ਹੈ ਤਾਂ ਸਾਰੇ ਇੰਪੋਰਟੈਂਟ ਨੇ ਸਾਰੇ ਕਵਰ ਕਰਨੇ ਜ਼ਰੂਰੀ ਨੇ ਇਸ ਵੀਡੀਓ ਦੇ ਵਿੱਚ ਆਪਾਂ ਡੇਲੀ ਨੈਸ਼ਨਲ ਤੇ ਇੰਟਰਨੈਸ਼ਨਲ ਦੋਨੋਂ ਲੈਵਲ ਦੇ ਲੈ ਕੇ ਚੱਲਾਂਗੇ ਕਰੰਟ ਅਫੇਅਰ ਠੀਕ ਹੈ ਤਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰ ਲਓ ਠੀਕ ਹੈ ਤਾਂ ਕਿ ਤੇ ਬੈਲ ਆਈਕਨ ਨੂੰ ਜਰੂਰ ਕਲਿੱਕ ਕਰ ਲਿਓ ਤਾਂ ਕਿ ਤੁਹਾਨੂੰ ਅੱਗੇ ਜਦੋਂ ਨਵੀਂ ਵੀਡੀਓਜ਼ ਆਉਣ ਤਾਂ ਤੁਹਾਨੂੰ ਬਿਲਕੁਲ ਨੋਟੀਫਿਕੇਸ਼ਨ ਪਹੁੰਚ ਜੇ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ 5 ਕੁਐਸਚਨ ਦੇਖਦੇ ਆਂ ਭਾਰਤ ਅੰਤਰਰਾਸ਼ਟਰੀ ਸਿਲਕ ਮੇਲੇ ਦੇ 8ਵੇਂ ਸੰਸਕਰਨ ਦਾ ਉਦਘਾਟਨ ਕਿਸ ਨੇ ਕੀਤਾ ਹੈ ਤਾਂ ਆਪਾਂ ਨੂੰ ਪਤਾ ਹੈ ਜਿਹੜਾ ਆਪਣਾ ਇੰਟਰਨੈਸ਼ਨਲ ਸਿਲਕ ਫੇਅਰ ਹੋਇਆ ਸੀਗਾ 8ਥ ਐਡੀਸ਼ਨ ਵਾਲਾ ਠੀਕ ਹੈ ਉਹਦਾ ਉਦਘਾਟਨ ਕਿਸ ਨੇ ਕੀਤਾ ਹੈ ਉਹ ਉਦਘਾਟਨ ਕੀਤਾ ਹੈ ਜੀ ਸ਼੍ਰੀਮਤੀ ਇਰਾਨੀ ਨੇ ਠੀਕ ਹੈ ਆਪਣੇ ਜਿਹੜੇ ਯੂਨੀਅਨ ਮਨਿਸਟਰ ਨੇ ਸ਼੍ਰੀਮਤੀ ਅਰਾਨੀ ਉਹਨਾਂ ਨੇ ਇਹਦਾ ਉਦਘਾਟਨ ਕੀਤਾ ਹੈ ਤੇ ਕਿਹੜੀ ਜਗ੍ਹਾ ਕੀਤਾ ਹੈ ਉਹ ਕੀਤਾ ਹੈ ਜੀ ਨਿਊ ਦਿੱਲੀ ਵਿਖੇ ਠੀਕ ਹੈ ਨਿਊ ਦਿੱਲੀ ਵਿਖੇ ਜਿਹੜਾ ਇਹਦਾ ਉਦਘਾਟਨ ਕੀਤਾ ਗਿਆ ਜਿਹੜਾ ਆਪਣਾ ਇੰਟਰਨੈਸ਼ਨਲ ਸਿਲਕ ਫੇਅਰ ਹੈ ਨੈਕਸਟ ਕੁਐਸਚਨ ਇੱਕਦਾਂ ਕੁਐਸਚਨ ਨੰਬਰ 6 ਹਾਲ ਹੀ ਵਿੱਚ ਆਈਏਐਸ ਅਧਿਕਾਰੀ ਰਾਜੀਵ ਰੰਜਨ ਠੀਕ ਹੈ ਆਈਏਐਸ ਆਫੀਸਰ ਸੀਗੇ ਰਾਜੀਵ ਰੰਜਨ ਨੂੰ ਕਿਹੜੇ ਰਾਜ ਦਾ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ ਠੀਕ ਹੈ ਮੁੱਖ ਸਕੱਤਰ ਜਿਹੜਾ ਨਿਯੁਕਤ ਕੀਤਾ ਗਿਆ ਹੈ ਕਿਹੜੇ ਰਾਜ ਦਾ ਕੀਤਾ ਗਿਆ ਹੈ ਕਿਹੜੇ ਸਟੇਟ ਦਾ ਕੀਤਾ ਗਿਆ ਹੈ ਤਾਂ ਇਹ ਕੀਤਾ ਗਿਆ ਹੈ ਜੀ ਤਾਮਿਲਨਾਡੂ ਦਾ ਠੀਕ ਹੈ ਤਾਮਿਲਨਾਡੂ ਸਟੇਟ ਦਾ ਇਹਨਾਂ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ ਰਾਜੀਵ ਰੰਜਨ ਨੂੰ ਜਿਹੜੇ ਕਿ ਪੇਸ਼ੇਵਜੋ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 7 ਹਾਲ ਹੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਹਿਲਟਨ ਵੈਲੈਂਟਾਈਨ ਇੱਕ ਮਸ਼ਹੂਰ ਸੀ ਨਾਮ ਹੈ ਜੀ ਉਹਨਾਂ ਦਾ ਹਿਲਟਨ ਵੈਲੈਂਟਾਈਨ ਉਹ ਕੌਣ ਸੀ ਠੀਕ ਹੈ ਜਿਨ੍ਹਾਂ ਦੀ ਡੈਥ ਹੋਈ ਹੈ ਲੇਖਕ ਸੀ ਜਾਂ ਫਿਰ ਉਹ ਹੈਗੇ ਸੀਗੇ ਆਪਣੇ ਅ ਗਿਟਾਰ ਗਿਟਾਰਵਾਦਕ ਜਾਂ ਗਾਇਕ ਜਾਂ ਇਹਨਾਂ ਵਿੱਚ ਕੋਈ ਨਹੀਂ ਤਾਂ ਉਹ ਜਿਹੜੇ ਸੀਗੇ ਉਹ ਇੱਕ ਗਿਟਾਰਵਾਦਕ ਸੀਗੇ ਠੀਕ ਹੈ ਗਿਟਾਰ বাজਾਉਂਦੇ ਸੀਗੇ ਹਿਟਲਰ ਵੈਲੈਂਟਾਈਨ ਜਿਨ੍ਹਾਂ ਦਾ ਕੀ ਹਾਲ ਹੀ ਦੇ ਵਿੱਚ ਦਿਹਾਂਤ ਹੋ ਚੁੱਕਿਆ ਹੈ ਠੀਕ ਹੈ ਨੈਕਸਟ ਕੁਸ਼ਚਨ ਇਹਦਾ ਕੁਸ਼ਚਨ ਨੰਬਰ 8 ਵਿਸ਼ਵ ਰੇਡੀਓ ਦਿਵਸ ਕਦੋਂ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਰੇਡੀਓ ਡੇ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਜੀ 11 ਫਰਵਰੀ ਨੂੰ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਹੈ ਆਪਾਂ ਨੂੰ ਪਤਾ ਹੈ ਐਫਸੀਆਈ ਦੇ ਵਿੱਚ ਇੱਕ ਜੀਕੇ ਵਾਲਾ ਟੌਪਿਕ ਹੈ ਉਦੇ ਵਿੱਚ ਹੈਗਾ ਆਪਣੇ ਕੋਲ ਇੰਪੋਰਟੈਂਟ ਡੇਜ਼ ਐਂਡ ਡੇਟਸ ਉਹਨਾਂ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਵਿਸ਼ਵ ਰੇਡੀਓ ਦਿਵਸ ਜਿਹੜਾ ਮਨਾਇਆ ਜਾਂਦਾ ਉਹ ਮਨਾਇਆ ਜਾਂਦਾ ਆਪਣਾ 11 ਫੈਬਰੂਰੀ ਨੂੰ ਠੀਕ ਹੈ 11 ਫੈਬਰੂਰੀ ਨੂੰ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 9 ਸ਼ਹਿਰੀ ਸਥਾਨਕ ਸੰਸਥਾ ਸੁਧਾਰਾਂ ਨੂੰ ਲਾਗੂ ਕਰਨ ਵਾਲਾ 6ਵਾਂ ਰਾਜ ਕਿਹੜਾ ਹੈ ਠੀਕ ਹੈ 6ਵਾਂ ਰਾਜ ਪੁੱਛਿਆ ਹੈ ਆਪਾਂ ਨੂੰ ਕਿਹੜਾ ਹੈ ਤਾਂ ਜਿਹੜਾ ਆਪਣਾ ਗੋਆ ਹੈ ਠੀਕ ਹੈ ਗੋਆ ਸ਼ਹਿਰੀ ਸਥਾਨਕ ਸੰਸਥਾ ਨੂੰ ਸੁਧਾਰਾਂ ਨੂੰ ਲਾਗੂ ਕਰਨ ਲਈ 6ਵਾਂ ਰਾਜ ਬਣਿਆ ਗੋਆ ਹੈ ਠੀਕ ਹੈ 6ਵਾਂ ਰਾਜ ਤੇੜਾ ਉਡੀਸ਼ਾ ਹੈ ਉਹ ਬਣਿਆ ਜੀ 7ਵਾਂ ਰਾਜ ਠੀਕ ਹੈ ਤਾਂ ਇਹਨਾਂ ਨੇ ਪੁੱਛਿਆ ਸੀ 6ਵਾਂ ਰਾਜ ਕਿਹੜਾ ਬਣਿਆ ਜਿਨੇ ਕਿ ਸ਼ਹਿਰੀ ਸਥਾਨਕ ਸੰਸਥਾ ਸੁਧਾਰਨ ਨੂੰ ਲਾਗੂ ਕੀਤਾ ਹੈ ਉਹ ਕੀਤਾ ਹੈ ਗੋਆ ਠੀਕ ਹੈ 6ਵਾਂ ਰਾਜ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 10ਵਾਂ ਕਿਸ ਰਾਜ ਮੰਤਰੀ ਮੰਡਲ ਨੇ ਹਾਲ ਹੀ ਦੇ ਵਿੱਚ ਰਿਵਾਰਡ ਰਿਵਾਰਡ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਇਹ ਨਾਮ ਦਿੱਤਾ ਹੋਇਆ ਆਪਣੇ ਕੋਲ ਰਿਵਾਰਡ R E W A R D ਇਹ ਉਹਦੀ ਫੁੱਲ ਫਾਰਮ ਹੈ रिजिनुवेंटिंग वाटरशेड फॉर एग्रीकल्चर रेजिलियंस थ्रू इनोवेटिव डेवलपमेंट ठीक है एक प्रोजेक्ट है रिवार्ड प्रोजेक्ट ए केड़े किस राज्य मंत्री मंडल ने शुरू ਕੀਤਾ ਹੈ किसने ਇਹਨਾਂ ਨੂੰ अप्रूवल ਦਿੱਤੀ ਹੈ मंजूरी ਦਿੱਤੀ ਹੈ ਉਹ ਪੁੱਛਿਆ ਗਿਆ ਹੈ ਠੀਕ ਹੈ ਤਾਂ ਇਹ ਦਿੱਤੀ ਗਈ ਹੈ ਜੀ ਆਪਣੇ ਉੜੀਸ਼ਾ ਵੱਲੋਂ ਠੀਕ ਹੈ ਉੜੀਸ਼ਾ ਦੇ ਜਿਹੜੇ ਰਾਜ ਮੰਤਰੀ ਮੰਡਲ ਨੇ ਉਹਨਾਂ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ रिवार्ड प्रोजेक्ट ਦੀ ਜਿਹੜੀ ਕਿ ਐਗਰੀਕਲਚਰ ਦੇ ਨਾਲ ਰਿਲੇਟਡ ਹੈ ਠੀਕ ਹੈ ਐਗਰੀਕਲਚਰ ਨੂੰ ਇਨੋਵੇਟਿਵ ਡਵੈਲਪਮੈਂਟ ਦੇ ਨਾਲ ਜਿਹੜੇ ਕਿ ਕਨੈਕਟ ਕਰ ਰਹੇ ਨੇ ਉਹ ਵਲ ਇੱਕ ਪ੍ਰੋਜੈਕਟ ਹੈ ਉਹ ਜਿਹੜਾ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ ਉਹ ਦਿੱਤੀ ਹੈ ਜੀ 오ਡੀਸ਼ਾ ਦੀ ਰਾਜ ਮੰਤਰੀ ਮੰਡਲ ਨੇ ਠੀਕ ਹੈ ਨੈਕਸਟ ਕੁਐਸਚਨ ਇਹਦਾ ਕੁਐਸਚਨ ਨੰਬਰ 11ਵਾਂ ਹਾਲ ਹੀ ਦੇ ਵਿੱਚ ਵੀਪੀ ਜੋਏ ਨੂੰ ਕਿਸ ਰਾਜ ਦਾ ਵਾਧੂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਤਾਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਜੀ ਕੇਰਲ ਦਾ ਠੀਕ ਹੈ ਕੇਰਲ ਦਾ ਇਹਨਾਂ ਨੂੰ ਵਾਧੂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 12ਵਾਂ हाल ही ਵਿੱਚ ਫਲਿੱਪਕਾਰਟ ਨੇ ਸਥਾਨਕ ਕਾਰੀਗਾਰਾਂ, ਜੁਲਾਹਾਂ ਅਤੇ ਸ਼ਿਲਪਕਾਰੀਆਂ ਦੀ ਸਹਾਇਤਾ ਲਈ ਕਿਸ ਰਾਜ ਨਾਲ ਸਾਂਝ ਕੀਤੀ ਹੈ ਜਿਹੜਾ ਆਪਣਾ ਫਲਿੱਪਕਾਰਟ ਆਪਾਂ ਨੂੰ ਪਤਾ ਹੈ ਫਲਿੱਪਕਾਰਟ ਜਿਹੜੀ ਆਪਣੀ ਕੰਪਨੀ ਆਪਾਂ ਮੋਬਾਈਲ ਦੇ ਵਿੱਚ ਵੀ ਦੇਖਦੇ ਹਾਂ ਨਾ ਫਲਿੱਪਕਾਰਟ ਦੀ ਜੇਕਰ ਗੱਲ ਕਰੀਏ ਤਾਂ ਉਸਨੇ ਫਲਿੱਪਕਾਰਟ ਨੇ ਆਪਣੀ ਸਥਾਨਕ ਕਾਰੀਗਾਰਾਂ, ਜੁਲਾਹਾਂ ਅਤੇ ਸ਼ਿਲਪਕਾਰੀਆਂ ਦੀ ਹੈਲਪ ਦੇ ਲਈ ਕਿਸ ਗਵਰਨਮੈਂਟ ਨਾਲ ਉਹਨਾਂ ਨੇ ਸਾਂਝ ਕੀਤੀ ਹੈ ਤਾਂ ਉਹ ਕੀਤੀ ਹੈ ਜੀ ਮਹਾਰਾਸ਼ਟਰ ਦੇ ਨਾਲ ਠੀਕ ਹੈ ਮਹਾਰਾਸ਼ਟਰ ਦੇ ਨਾਲ ਉਹਨਾਂ ਨੇ ਸਾਂਝ ਕੀਤੀ ਹੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 13ਵਾਂ ਜਾਂ ਐਦਾਂ ਵੀ ਆ ਸਕਦਾ ਏ ਕਿ ਜਿਹੜੀ ਮਹਾਰਾਸ਼ਟਰ ਹੈ ਮਹਾਰਾਸ਼ਟਰ ਦੀ ਦੇ ਵਿੱਚ ਜਿਹੜੇ ਕਾਰੀਗਰ ਜੁਲਾਹਾ ਨੇ ਉਹਨਾਂ ਦੀ ਸਹਾਇਤਾ ਲਈ ਕਿਹੜੀ ਕੰਪਨੀ ਨੇ ਸਾਂਝ ਕੀਤੀ ਹੈ ਤਾਂ ਆਪਾਂ ਨੇ ਕਹਿਣਾ ਫਲਿੱਪਕਾਰਟ ਠੀਕ ਹੈ ਤਾਂ ਬਿਲਕੁਲ ਕੁਐਸਚਨ ਉਹ ਸਿਰਫ ਕਮਾਇਆ ਜਾ ਸਕਦਾ ਹੈ ਲੈਂਗੁਏਜ ਨੂੰ ਕਮਾਇਆ ਜਾ ਸਕਦਾ ਹੈ ਲੇਕਿਨ ਆਨਸਰ ਉਹੀ ਰਹਿਣਗੇ ਮਹਾਰਾਸ਼ਟਰ ਤੇ ਕਲਿੱਪ ਫਲਿੱਪਕਾਰਟ ਠੀਕ ਹੈ ਨੈਕਸਟ ਕੁਐਸਚਨ ਇਹਦਾ ਕੁਐਸਚਨ ਨੰਬਰ 13 ਹਾਲ ਹੀ ਦੇ ਵਿੱਚ ਕਿਹੜਾ ਦੇਸ਼ ਏਸ਼ੀਆ ਪ੍ਰਸ਼ਾਂਤ ਵਿੱਚ ਸਾਈਬਰ ਹਮਲੇ ਵਿੱਚ ਦੂਜਾ ਬਣ ਗਿਆ ਏ ਠੀਕ ਹੈ ਤਾਂ ਇਹਨਾਂ ਨੇ ਪੁੱਛਿਆ ਹੈ ਕਿ ਕਿਹੜਾ ਦੇਸ਼ ਹੈ ਏਸ਼ੀਆ ਦੇ ਵਿੱਚ ਜਿਹੜਾ ਕਿ ਸਾਈਬਰ ਅਟੈਕ ਦੇ ਲਈ ਸੈਕੰਡ ਨੰਬਰ ਤੇ ਆ ਰਿਹਾ ਹੈ ਠੀਕ ਹੈ ਤਾਂ ਉਹ ਹੈਗਾ ਜੀ ਭਾਰਤ ਆਪਾਂ ਨੂੰ ਪਤਾ ਹੈ ਜਿਹੜਾ ਚਾਈਨਾ ਹੈ ਉਹ ਫਸਟ ਨੰਬਰ ਤੇ ਹੈ ਠੀਕ ਹੈ ਚੀਨ ਸਾਈਬਰ ਹਮਲੇ ਦੇ ਵਿੱਚ ਜੇਕਰ ਪੁੱਛਿਆ ਜਾਵੇ ਤਾਂ ਜੇਕਰ ਸੈਕੰਡ ਪੁੱਛਿਆ ਜਾਵੇ ਤਾਂ ਉਹ ਹੈਗਾ ਜੀ ਆਪਣਾ ਭਾਰਤ অপਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਕੁਐਸਚਨ ਨੰਬਰ 13 ਦਾ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 14ਵਾਂ हाल ही ਵਿੱਚ ਕਿਸ ਦੇਸ਼ ਨਾਲ ਭਾਰਤ ਨੇ 100 ਮਿਲੀਅਨ ਡਾਲਰ ਦੇ ਕਰਜ਼ੇ ਦਾ ਸਮਝੌਤਾ ਕੀਤਾ ਹੈ ਠੀਕ ਹੈ ਸਮਝੌਤਾ ਪੁੱਛਿਆ ਗਿਆ ਕਿ ਕਿਹੜਾ ਹੈ ਕਿਹੜੇ ਦੇਸ਼ ਨਾਲ ਭਾਰਤ ਨੇ 100 ਮਿਲੀਅਨ ਡਾਲਰ ਦੇ ਕਰਜ਼ੇ ਦਾ ਸਮਝੌਤਾ ਕੀਤਾ ਹੈ ਤਾਂ ਇਹ ਕੀਤਾ ਹੈ ਜੀ ਮਾਰੀਸ਼ਸ ਦੇ ਨਾਲ ਠੀਕ ਹੈ ਮਾਰੀਸ਼ਸ ਦੇ ਨਾਲ ਕੀਤਾ ਇਹ ਨੈਕਸਟ ਕੁਐਸਚਨ ਦੇਖਦਾ ਕੁਐਸਚਨ ਨੰਬਰ 15 ਕਿਸ ਦੇਸ਼ ਦੀ ਸੁਪਰੀਮ ਕੋਰਟ ਨੇ ਹਾਲ ਹੀ ਦੇ ਵਿੱਚ ਭੰਗ ਹੋਈ ਸੰਸਦ ਨੂੰ ਬਹਾਲ ਕੀਤਾ ਹੈ ਠੀਕ ਹੈ ਦੁਬਾਰਾ ਕਰਤਾ ਬਹਾਲ ਕਰਤਾ ਸੰਸਦ ਨੂੰ ਤਾਂ ਇਹ ਕੀਤਾ ਹੈ ਜੀ ਨੇਪਾਲ ਨੇ ਠੀਕ ਹੈ किस देश ने सुप्रीम कोर्ट ने किया है नेपाल ने किया है जਿੱਦਾਂ ਕਿ ਆਪਾਂ ਨੂੰ ਪਤਾ ਹੈ ਜਿਹੜਾ ਨੇਪਾਲ ਹੈ ਨੇਪਾਲ ਦੇ ਵਿੱਚ ਆਪਣਾ ਇਹ ਨੇਪਾਲ ਜਿਹੜਾ ਆਪਣਾ ਆਪਣਾ ਭਾਰਤ ਦਾ ਗੁਆਂਢੀ ਦੇਸ਼ ਹੈ ਠੀਕ ਹੈ ਤਾਂ ਉਸਨੇ ਜਿਹੜਾ ਸੰਸਦ ਨੂੰ ਬਹਾਲ ਕੀਤਾ ਹੈ ਸੁਪਰੀਮ ਕੋਰਟ ਨੇ ਠੀਕ ਹੈ ਉਸ ਤੋਂ ਬਾਅਦ ਦੇਖਦੇ ਆ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਹਾਲ ਹੀ ਦੇ ਵਿੱਚ ਟ੍ਰਾਈ ਟ੍ਰਾਈ ਦੀ ਫੁੱਲ ਫਾਰਮ ਦਿੱਤੀ ਹੋਈ ਹੈ টি ਆਰ ਏ ਆਈ ਟੈਲੀਫੋਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਠੀਕ ਹੈ ਦੇਸ ਆਪ ਦਾ ਚੇਅਰਮੈਨ ਦਾ ਦਿਹਾਂਤ ਹੋ ਗਿਆ ਹੈ ਠੀਕ ਹੈ ਚੇਅਰਮੈਨ ਸੀਗੇ ਟ੍ਰਾਈ ਦੇ ਟੈਲੀਫੋਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਤਾਂ ਉਹ ਕੌਣ ਸੀ ਉਹਨਾਂ ਦਾ ਨਾਮ ਪੁੱਛਿਆ ਗਿਆ ਜਿਨ੍ਹਾਂ ਦਾ ਦਿਹਾਂਤ ਹੋ ਚੁੱਕਿਆ ਹੈ ਤਾਂ ਉਹ ਹੈਗੇ ਸੀ ਜੀ ਆਪਣੇ ਰਾਹੁਲ ਖਲੜ ਰਾਹੁਲ ਖੁਲਰ ਠੀਕ ਹੈ ਰਾਹੁਲ ਖੁਲਰ ਸੀ ਟ੍ਰਾਈ ਦੇ ਜਿਹੜੇ ਕਿ ਸਾਬਕਾ ਚੇਅਰਮੈਨ ਸੀ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਹਾਲ ਹੀ ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਦੇ ਦਿਆਂ ਕੁਐਸਚਨ ਨੰਬਰ 17 ਵਾਤਾਵਰਣ ਮੰਤਰਾਲੇ ਨੇ ਆਪਾਂ ਨੂੰ ਪਤਾ ਹੈ ਕਿ এনवायरमेंट ਦੇ ਰਿਲੇਟਡ ਵੀ ਕੁਐਸਚਨ ਆਣਗੇ ਚਾਹੇ ਉਹ ਸਟੈਟਿਕ ਜੀਕੇ ਦੇ ਵਿੱਚ ਪੁੱਛਿਆ ਜਾਵੇ ਐਫਸੀਆਈ ਦੇ ਵਿੱਚ ਜਾਂ ਉਹ ਕਰੰਟ ਅਫੇਅਰ ਦੇ ਫਾਰਮ ਦੇ ਵਿੱਚ ਪੁੱਛ ਲਈ ਜਾਣ ਠੀਕ ਹੈ ਤਾਂ ਇਹ ਕੁਸ਼ਨ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੁਸ਼ਨ ਹੈ ਵਾਤਾਵਰਣ ਮੰਤਰਾਲੇ ਨੇ ਹਾਲ ਹੀ ਦੇ ਵਿੱਚ ਕਿਸ ਪ੍ਰਜਾਤੀ ਦੀ ਸੰਭਾਲ ਦੇ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਜਾਰੀ ਕੀਤੀ ਹੈ ਰਾਸ਼ਟਰੀ ਕਾਰਜ ਯੋਜਨਾ ਠੀਕ ਹੈ ਇੱਕ ਸਕੀਮ ਹੈ ਉਹ ਕਿਹੜੀ ਜਾਂ ਪਰਜਾਤੀ ਨੂੰ ਕਿਹੜੀ ਸਪੀਸੀਜ਼ ਨੂੰ ਬਚਾਉਣ ਦੇ ਲਈ ਸੰਭਾਲ ਦੇ ਲਈ ਸਟਾਰਟ ਕੀਤਾ ਗਿਆ ਵਾਤਾਵਰਣ ਮੰਤਰਾਲੇ ਦੇ ਦੁਆਰਾ ਤਾਂ ਉਹ ਕਿੱਤਿਆ ਗਿਆ ਜੀ ਸਮੁੰਦਰੀ ਕੱਛੂ ਦੇ ਦੁਆਰਾ ਠੀਕ ਹੈ ਸਮੁੰਦਰੀ ਕੱਛੂ ਦੇ ਲਈ ਦੀ ਜਿਹੜੀ ਪਰਜਾਤੀ ਹੈ ਉਸ ਦੀ ਸੰਭਾਲ ਦੇ ਲਈ ਕਾਰਾਸ਼ੀ ਕਰ ਯੋਜਨਾ ਜਾਰੀ ਕੀਤੀ ਗਈ ਹੈ ਵਾਤਾਵਰਣ ਮੰਤਰਾਲੇ ਦੇ ਦੁਆਰਾ ਠੀਕ ਹੈ ਤਾਂ ਆਪਸ਼ਨ ਨੰਬਰ A ਜਿਹੜਾ ਬਿਲਕੁਲ ਰਾਈਟ ਹੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 18ਵਾਂ ਕਿਹੜੇ ਬੈਂਕ ਨੇ ਨਵਾਂ ਚ ਨਈ ਸਮਾਰਟ ਕਾਰਡ ਲਾਂਚ ਕੀਤਾ ਹੈ ਠੀਕ ਹੈ ਕਿਹੜੇ ਬੈਂਕ ਨੇ ਨਵਾਂ ਚੇਨਈ ਸਮਾਰਟ ਕਾਰਡ ਲਾਂਚ ਕੀਤਾ ਹੈ ਤਾਂ ਇਹ ਕੀਤਾ ਹੈ ਜੀ ICICI ਬੈਂਕ ਨੇ ਠੀਕ ਹੈ ICICI ਬੈਂਕ ਨੇ ਤਾਂ ਆਪਾਂ ਨੂੰ ਪਤਾ ਹੈ ICICI ਬੈਂਕ ਦੀ ਫੁੱਲ ਫਾਰਮ ਕੀ ਹੈ ਇੰਡਸਟਰੀਅਲ ਕ੍ਰੈਡਿਟ ਐਂਡ ਇਨਵੈਸਟਮੈਂਟ ਕਾਰਪੋਰੇਸ਼ਨ ਆਫ ਇੰਡੀਆ ਠੀਕ ਹੈ ਇਹ ਦੀ ਫੁੱਲ ਫਾਰਮ ਹੈ ICICI ਤਾਂ ਇਹਨਾਂ ਨੇ ਜਿਹੜਾ ਹੈ ਨਵਾਂ ਚੇਨਈ ਸਮਾਰਟ ਕਾਰਡ ਜਿਹੜਾ ਹੈ ਲਾਂਚ ਕੀਤਾ ਹੈ ਠੀਕ ਹੈ ਨੈਕਸਟ ਕੁਐਸਚਨ ਦੇ ਦਿਆਂ ਕੁਐਸਚਨ ਨੰਬਰ 19ਵਾਂ 5 ਲੱਖ ਕੋਵਿਡ ਟੀਕੇ ਪੂਰਾ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ ਫਸਟ ਸਟੇਟ ਪੁੱਛਿਆ ਜਿਸ ਨੇ ਕਿ 5 ਲੱਖ ਕੋਵਿਡ ਟੀਕੇ ਕੰਪਲੀਟ ਕਰਤੇ ਠੀਕ ਹੈ ਤਾਂ ਉਹ ਸਟੇਟ ਹੈਗੀ ਹੈ ਜੀ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਜਿਹੜਾ ਹੈ ਉਹ ਪਹਿਲਾ ਰਾਜ ਹੈ ਜਿਸ ਨੇ ਕਿ 5 ਲੱਖ ਕੋਵਿਡ ਟੀਕੇ ਪੂਰੇ ਕਰਤੇ ਠੀਕ ਹੈ ਇੰਨੀ ਜ਼ਿਆਦਾ ਉਨਰੇ ਵੈਕਸੀਨੇਸ਼ਨ ਹੋ ਚੁੱਕੀ ਹੈ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 22 ਸਰਕਾਰ ਨੇ ਹਾਲ ਹੀ ਦੇ ਵਿੱਚ ਕਿੰਨੇ ਸਮੇਂ ਤੱਕ ਬ੍ਰੋਡ ਗੇਜ ਰੂਟਾਂ ਦੇ 100% ਬਿਜਲੀ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ 100% ਬਿਜਲੀ ਕਰਨ ਦਾ ਟਿਚਾ ਪੁੱਛਿਆ ਹੈ ਕਿ ਜਿਹੜਾ ਨਿਰਧਾਰਤ ਕੀਤਾ ਹੈ ਕਦੋਂ ਤੱਕ ਕੀਤਾ ਹੈ ਤਾਂ ਉਹ ਕੀਤਾ ਹੈ ਜੀ 2023 ਤੱਕ ਠੀਕ ਹੈ 2023 ਤੱਕ 100% ਬਿਜਲੀ ਕਰਨ ਦਾ ਟਿਚਾ ਕੰਪਲੀਟ ਹੋ ਜਾਊਗਾ ਠੀਕ ਹੈ ਏਮ ਤਾਂ ਉਹ ਕੀਤਾ ਹੈ ਜੀ 2023 ਤੱਕ ਠੀਕ ਹੈ অপਸ਼ਨ ਨੰਬਰ ਸੀ ਜਿਹੜਾ ਬਿਲਕੁਲ ਸਹੀ ਹੈ ਨੈਕਸਟ ਕੁਸ਼ਚਨ ਇਹ ਹੈ ਜੀ ਕੁਸ਼ਚਨ ਨੰਬਰ 21 ਹਾਲ ਹੀ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 에어로 ਇੰਡੀਆ 2021 ਦਾ ਉਦਘਾਟਨ ਕਿਸ 에어 ਫੋਰਸ ਸਟੇਸ਼ਨ ਤੇ ਕੀਤਾ ਹੈ ਠੀਕ ਹੈ ਤਾਂ ਆਪਾਂ ਨੂੰ ਪੁੱਛਿਆ ਹੈ ਕਿ ਹਾਲ ਹੀ ਦੇ ਵਿੱਚ ਰੱਖਿਆ ਮੰਤਰੀ ਨੇ ਜਿਹੜੇ ਆਪਣੇ ਡਿਫੈਂਸ ਮਿਨਿਸਟਰ ਕੋਰਨੇ ਰਾਜਨਾਥ ਸਿੰਘ ਉਹਨਾਂ ਨੇ 에ਰੋ ਇੰਡੀਆ 2021 ਦਾ ਉਦਘਾਟਨ ਕਿਸ 에ਅਰ ਫੋਰਸ ਸਟੇਸ਼ਨ ਤੇ ਕੀਤਾ ਹੈ ਤਾਂ ਉਹ ਕੀਤਾ ਜੀ ਯੇਲਾਹੰਕਾ ਠੀਕ ਹੈ ਯੇਲਾਹੰਕਾ ਦੇ ਜਿਹੜੇ 에ਅਰ ਫੋਰਸ ਦਾ ਸਟੇਸ਼ਨ ਆ ਉੱਥੇ ਉਹਨਾਂ ਨੇ ਆਪਣਾ ਉਦਘਾਟਨ ਕੀਤਾ ਹੈ 에ਰੋ ਇੰਡੀਆ 2021 ਦਾ ਠੀਕ ਹੈ ਤਾਂ ਇਹਦਾੜਾ অপਸ਼ਨ ਨੰਬਰ B ਹੈ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 22ਵਾਂ ਕਵੈਸਚਨ ਨੰਬਰ 22 ਹੈ ਕਿਸ ਰਾਜ ਸਰਕਾਰ ਨੇ ਹਾਲ ਹੀ ਦੇ ਵਿੱਚ ਭਿਖਾਰੀਆਂ ਲਈ ਮੁਢਬ ਸੇਬੇ ਦੀ ਯੋਜਨਾ ਸ਼ੁਰੂ ਕੀਤੀ ਹੈ ਠੀਕ ਹੈ ਕਿਸ ਗਵਰਨਮੈਂਟ ਨੇ ਭਿਖਾਰੀਆਂ ਦੇ ਲਈ ਮੁਢਬ ਸੇਬੇ ਦੀ ਸਕੀਮ ਜਿਹੜੀ ਸਟਾਰਟ ਕੀਤੀ ਗਈ ਹੈ ਉਹ ਪੁੱਛਿਆ ਗਿਆ ਹੈ ਕਵੈਸਚਨ ਨੰਬਰ 22 ਦੇ ਵਿੱਚ ਤਾਂ ਇਹ ਕੀਤੀ ਗਈ ਹੈ ਜੀ Rajasthan ਦੇ ਠੀਕ ਹੈ Rajasthan ਦੀ ਗਵਰਨਮੈਂਟ ਨੇ ਭਿਖਾਰੀਆਂ ਦੇ ਲਈ ਮੁਢਬ ਸੇਬੇ ਦੀ ਯੋਜਨਾ ਸ਼ੁਰੂ ਕੀਤੀ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਆਪਣੇ ਪੰਜਾਬ ਦੇ ਵਿੱਚ ਵੀ ਇੱਕ ਸਕੀਮ ਆਈ ਸੀ ਜਿਹੜੀ ਕਿ ਝੁੱਗੀਆਂ ਛੌਪੜੀਆਂ ਦੇ ਵਿੱਚ ਸਲਮਸ ਰਹਿੰਦੇ ਨੇ ਠੀਕ ਹੈ ਸਲਮਸ ਰਹਿੰਦੇ ਨੇ ਉਹਨਾਂ ਦੇ ਲਈ ਇੱਕ ਸਕੀਮ ਬਣਾਈ ਗਈ ਸੀ ਉਹ ਹੈਗੀ ਸੀ ਬਸੇਰਾ ਸਕੀਮ ਠੀਕ ਹੈ ਕਿੱਥੇ ਲਾਂਚ ਕੀਤੀ ਗਈ ਸੀ ਉਹ ਜੇ ਪੁੱਛਿਆ ਜਾਵੇ ਤਾਂ ਉਹ ਕੀਤੀ ਗਈ ਸੀ ਆਪਣੇ ਪੰਜਾਬ ਦੇ ਵਿੱਚ ਬਸੇਰਾ ਸਕੀਮ ਤੇ ਇਹ ਜਿਹੜੀ ਹੈਗੀ ਹੈ ਇਹ ਹੈਗੀ ਹੈ ਮੁੜ ਵਸੇਬੇ ਦੀ ਸਕੀਮ ਇਹ ਕਿਹਦੇ ਦੁਆਰਾ ਕੀਤੀ ਗਈ ਹੈ ਇਹ ਕੀਤੀ ਗਈ ਹੈ ਰਾਜਸਥਾਨ ਦੇ ਦੁਆਰਾ ਠੀਕ ਹੈ ਇਹ ਵਾਲੀ ਭਿਖਾਰੀਆਂ ਦੇ ਲਈ ਸੀ ਤੇ ਜਿਹੜੀ ਬਸੇਰਾ ਸਕੀਮ ਹੈ ਉਹ ਝੁੱਗੀ ਛੌਪੜੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਸੀ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 23 ਹਾਲ ਹੀ ਦੇ ਵਿੱਚ ਭਾਰਤ ਦਾ ਪਹਿਲਾ ਅੰਗਹੀਣ ਕਲੀਨਿਕ ਅੰਗਹੀਣ ਕਲੀਨਿਕ ਪੁੱਛਿਆ ਐ ਐਮਪੀਟੀ ਕਲੀਨਿਕ ਠੀਕ ਐ ਕਿਸ ਸ਼ਹਿਰ ਵਿੱਚ ਸ਼ੁਰੂ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਐ ਇਹ ਕਰੰਟ ਅਫੇਅਰ ਦੇ ਅਕੋਰਡਿੰਗ ਠੀਕ ਐ ਹਾਲ ਹੀ ਦੇ ਵਿੱਚ ਭਾਰਤ ਦਾ ਪਹਿਲਾ ਅੰਗਹੀਣ ਕਲੀਨਿਕ ਕਿਸ ਸ਼ਹਿਰ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤਾਂ ਉਹ ਸ਼ੁਰੂ ਕੀਤਾ ਗਿਆ ਜੀ ਚੰਡੀਗੜ੍ਹ ਦੇ ਵਿਖੇ ਠੀਕ ਐ ਚੰਡੀਗੜ੍ਹ ਵਿਖੇ ਪਹਿਲਾ ਅੰਗਹੀਣ ਕਲੀਨਿਕ ਜਿਹੜਾ ਸ਼ੁਰੂ ਕੀਤਾ ਗਿਆ ਹੈ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 24ਵਾਂ ਕਿਸ ਰਾਜ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਿਤਾਬਾਂ ਲਈ ਪੈਸੇ ਮੁਹੱਈਆ ਕਰਵਾਈ ਠੀਕ ਹੈ ਕਿਹੜੀ ਗਵਰਨਮੈਂਟ ਹੈ ਜਿਸਨੇ ਕਿ ਗਵਰਨਮੈਂਟ ਸਕੂਲ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਬੁੱਕਸ ਦੇ ਲਈ ਜਿਹੜੇ ਪੈਸੇ ਮੁਹੱਈਆ ਕਰਵਾਈ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਉੱਤਰਾਖੰਡ ਠੀਕ ਹੈ ਉੱਤਰਾਖੰਡ ਦੀ ਗਵਰਨਮੈਂਟ ਨੇ ਕੰਮ ਕਰਿਆ ਏ ਕਿ ਜਿਹੜੇ ਗਵਰਨਮੈਂਟ ਸਕੂਲ ਦੇ ਸਟੂਡੈਂਟਸ ਨੇ ਉਹਨਾਂ ਨੂੰ ਕਿਤਾਬਾਂ ਦੇ ਲਈ ਪੈਸੇ ਮੁਹੱਈਆ ਕਰਾਏ ਨੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 25 ਹਾਲ ਹੀ ਦੇ ਵਿੱਚ ਆਯੋਜਿਤ ਕੀਤੀ ਗਈ ਪਹਿਲੀ ਜਨਤਕ ਸੁਣਵਾਈ ਕਿੱਥੇ ਵੇਰੀ ਵੇਰੀ ਇੰਪੋਰਟੈਂਟ ਕੁਐਸਚਨ ਹੈ ਇਹ ਕੁਐਸਚਨ ਥੋੜਾ ਪੋਲੀਟੀ ਦੀ ਲਾਈਨ ਦੇ ਵਿੱਚ ਲਿਆ ਜਾਂਦਾ ਹੈ ਜੋ ਕਿ ਇੰਪੋਰਟੈਂਟ ਹੈ ਠੀਕ ਹੈ ਤਾਂ ਪਹਿਲੀ ਜਨਤਕ ਸੁਣਵਾਈ ਜਿਹੜੀ ਕੀਤੀ ਗਈ ਕਿੱਥੇ ਹੋਈ ਉਹ ਹੋਈ ਹੈ ਜੀ ਆਪਣੀ ਆਹ অপਸ਼ਨ ਨੰਬਰ ਬੀ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਠੀਕ ਹੈ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਪਹਿਲੀ ਜਨਤਕ ਸੁਣਵਾਈ ਹੋਈ ਹੈ ਨੈਕਸਟ ਕੁਐਸਚਨ ਦੇ ਦਿਆਂ ਕੁਐਸਚਨ ਨੰਬਰ 26 ਹਾਲ ਹੀ ਦੇ ਵਿੱਚ ਕਿਹੜੇ ਦੇਸ਼ ਨੇ ਭਾਰਤ ਨੂੰ ਆਵਾਜਾਈ ਸਹਾਇਤਾ ਮੁਹੱਈਆ ਕਰਵਾਈ ਠੀਕ ਹੈ ਭਾਰਤ ਨੂੰ ਪੁੱਛਿਆ ਉਹਨਾਂ ਨੇ ਆਵਾਜਾਈ ਸਹਾਇਤਾ ਜਿਹੜੀ ਮੁਹੱਈਆ ਕਰਵਾਈ ਗਈ ਹੈ ਉਹ ਕਿਨਾ ਕਿਹੜੀ ਕਿਸ ਨੇ ਕਰਵਾਈ ਹੈ ਠੀਕ ਹੈ ਕਿਹੜੇ ਦੇਸ਼ ਨੇ ਭਾਰਤ ਨੂੰ ਆਵਾਜਾਈ ਮੁਹੱਈਆ ਕਰਵਾਈ ਹੈ ਤਾਂ ਇਹ ਕਰਵਾਈ ਹੈ ਜੀ ਨੇਪਾਲ ਨੇ ਠੀਕ ਹੈ ਨੇਪਾਲ ਨੇ ਕਰਾਈ ਹੈ ਆਪਣੀ অপਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਜਿਹੜੀ ਕਿ ਆਵਾਜਾਈ ਸਹਾਇਤਾ ਦੇ ਰਿਆ ਹੈ ਆਪਣੇ ਭਾਰਤ ਨੂੰ ਨੇਪਾਲ ਠੀਕ ਹੈ ਤਾਂ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 27 ਹਾਲ ਹੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਬੰਸੀ ਕੋਲ ਇੱਕ ਮਸ਼ਹੂਰ ਡੈਸ਼ ਸੀ ਬੰਸੀ ਕੋਲ ਨੇ ਇੱਕ ਉਹ کون ਸਨ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਡੈਥ ਹੋਈ ਹੈ ਤਾਂ ਉਹ ਕੌਣ ਸੀ অপਸ਼ਨ ਦਿੱਤਾ ਹੋਇਆ ਗਾਇਕ ਸੀ ਥੀਏਟਰ ਨਿਰਦੇਸ਼ਕ ਸੀ ਜਾਂ ਪੱਤਰਕਾਰ ਸੀ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਉਹ ਜਿਹੜੇ ਸਨ ਉਹ ਹੈਗੇ ਸੀ ਥੀਏਟਰ ਨਿਰਦੇਸ਼ਕ ਠੀਕ ਹੈ ਥੀਏਟਰ ਡਾਇਰੈਕਟਰ ਸੀਗੇ ਉਹ ਜਿਹੜੇ ਕਿ ਬੰਸੀ ਕੋਲ ਸੀ ਇੱਕ ਮਸ਼ਹੂਰ ਥੀਏਟਰ ਡਾਇਰੈਕਟਰ ਸੀ ਤਾਂ অপਸ਼ਨ ਨੰਬਰ ਬੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਆਂ ਤੇ ਜਿਹੜੇ ਬੰਸੀ ਕੋਲ ਨੇ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਠੀਕ ਹੈ ਸ਼੍ਰੀਨਗਰ ਦੇ ਵਿੱਚ ਇਹਨਾਂ ਦਾ ਬਰਥ ਹੋਇਆ ਸੀਗਾ ਕੁਸ਼ਣ ਆ ਸਕਦਾ ਹੈ ਕਿ ਬੰਸੀ ਕੋਲ ਜਿਹੜਾ ਕਿ ਥੀਏਟਰ ਨਿਰਦੇਸ਼ਕ ਸਨ ਉਹ ਕਿੱਥੇ ਦੇ ਰਹਿਣ ਵਾਲੇ ਸਨ ਤਾਂ ਉਹ ਹੈਗੇ ਸੀਗੇ ਜੀ ਜੰਮੂ ਕਸ਼ਮੀਰ ਦੇ ਠੀਕ ਹੈ ਨੈਕਸਟ ਕੁਸ਼ਣ ਦੇਖਦੇ ਆਂ ਕੁਸ਼ਣ ਨੰਬਰ 28 ਇਹਦੇ ਵਿੱਚ ਪੁੱਛਿਆ ਗਿਆ ਹੈ ਆਪਾਂ ਨੂੰ ਹਾਲ ਹੀ ਦੇ ਵਿੱਚ ਕਿਸ ਦੇਸ਼ ਨਾਲ ਨਿਊਜ਼ੀਲੈਂਡ ਨੇ ਸਬੰਧਾਂ ਨੂੰ ਮੁਅਤਲ ਕਰ ਦਿੱਤਾ ਹੈ ਠੀਕ ਹੈ ਕਿਸ ਦੇਸ਼ ਨਾਲ ਨਿਊਜ਼ੀਲੈਂਡ ਨੇ ਸਬੰਧਾਂ ਨੂੰ ਮੁਅਤਲ ਕਰ ਦਿੱਤਾ ਹੈ ਤਾਂ ਉਹ ਕੀਤਾ ਹੈ ਜੀ ਆਪਣਾ ਇਹਨਾਂ ਨਾਲ ਮਿਆਂ ਮਾਨ ਨਾਲ ਠੀਕ ਹੈ ਮਿਆਂ ਮਾਨ ਨਾਲ ਉਹਨਾਂ ਨੇ ਆਪਣੇ ਸਬੰਧਾਂ ਨੂੰ ਮੁਅਤਲ ਕਰ ਦਿੱਤਾ ਹੈ ਤਾਂ ਆਪਸ਼ਨ ਨੰਬਰ A B ਜਿਹੜਾ ਬਿਲਕੁਲ ਸਹੀ ਹੈ ਨਿਊਜ਼ੀਲੈਂਡ ਨੇ ਕਿ ਇਹਨਾਂ ਨੇ ਕੀਤਾ ਹੈ ਨਿਊਜ਼ੀਲੈਂਡ ਨੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 29 ਇੰਡੀਗੋ ਨੇ ਕਿਸ ਨੂੰ ਆਪਣੇ ਨਵੇਂ ਮੁੱਖ ਮੰਤਰੀ ਨਵੇਂ ਮੁੱਖ ਵਿੱਤ ਅਧਿਕਾਰੀ ਵਜੋਂ ਨਿਯੁਕਤ ਕੀਤਾ ਕੁਐਸਚਨ ਹੈ ਇੰਡੀਗੋ ਨੇ ਆਪਾਂ ਨੂੰ ਪਤਾ ਹੈ ਇੰਡੀਗੋ ਇੱਕ ਕੰਪਨੀ ਹੈ ਠੀਕ ਹੈ ਸੁਣਿਆ ਹੋਊਗਾ ਤੁਸੀਂ ਇਹਦੇ ਬਾਰੇ ਤਾਂ ਇੰਡੀਗੋ ਨੇ ਆਪਣੇ ਨਵੇਂ ਮੁੱਖ ਮੰਤਰੀ ਮੁੱਖ ਸੌਰੀ ਨਵੇਂ ਮੁੱਖ ਵਿੱਤ ਅਧਿਕਾਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਇਹ ਪੁੱਛਿਆ ਗਿਆ ਆਪਾਂ ਨੂੰ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਜੀਤੇਨ ਚੌਪੜਾ ਨੂੰ ਠੀਕ ਹੈ অপਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਜੀਤੇਨ ਚੌਪੜਾ ਠੀਕ ਹੈ ਜੀਤੇਨ ਚੌਪੜਾ ਨੂੰ ਇੰਡੀਗੋ ਦਾ ਮੁੱਖ ਨਿਯੁਕਤ ਕੀਤਾ ਗਿਆ ਠੀਕ ਹੈ ਅਧਿਕਾਰੀ ਇੰਡੀਗੋ ਦਾ ਤਾਂ ਆਪਾਂ ਨੂੰ ਪਤਾ ਹੈ ਇੰਡੀਗੋ ਦਾ ਹੈੱਡ ਕੁਆਰਟਰ ਕਿੱਥਾ ਹੈ ਇਹ ਕਿੱਥੇ ਆ ਉਹ ਹੈਗਾ ਜੀ ਆਪਣਾ ਗੁਰੂਗ੍ਰਾਮ ਵਿਖੇ ਠੀਕ ਹੈ ਗੁਰੂਗ੍ਰਾਮ ਵਿਖੇ ਜਿਹੜਾ ਆਪਣਾ ਹੈੱਡਕੁਆਟਰ ਇੰਡੀਗੋ ਦਾ ਹੈ ਠੀਕ ਹੈ ਨੈਕਸਟ ਕੁਐਸਚਨ ਦੇ ਦਿਆਂ ਕੁਐਸਚਨ ਨੰਬਰ 30 ਅੱਜ ਆਪਾਂ ਸਿਰਫ 30 ਕੁਐਸਚਨ ਕਵਰ ਕਰਾਂਗੇ ਸੈੱਟ 1 ਦੇ ਵਿੱਚ ਠੀਕ ਹੈ ਇਹ ਸਾਰੇ ਕੁਸ਼ਨ ਇੰਪੋਰਟੈਂਟ ਨੇ ਇਸ ਕਰਕੇ ਤੁਸੀਂ ਕਾਪੀ ਪੈਨ ਚੱਕ ਕੇ ਆਪਣਾ ਪੂਰਾ ਕੁਸ਼ਨਸ ਨੂੰ ਨੋਟ ਕਰਿਆ ਕਰੋ ਜਿਹੜੇ ਕੁਸ਼ਨ ਤੁਹਾਨੂੰ ਪਤਾ ਹੁੰਦੇ ਨੇ ਪਹਿਲਾਂ ਹੀ ਉਹਨਾਂ ਦੀ ਰਿਵੀਜ਼ਨ ਹੋ ਜਾਂਦੀ ਹੈ ਤੇ ਜਿਹੜੇ ਕੁਸ਼ਨ ਤੁਹਾਨੂੰ ਨਵੇਂ ਸਿੱਖਣ ਨੂੰ ਮਿਲਦੇ ਨੇ ਨਵੇਂ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਕਾਪੀ ਦੇ ਵਿੱਚ ਜ਼ਰੂਰ ਨੋਟ ਕਰਿਆ ਕਰੋ ਠੀਕ ਹੈ ਇਹ ਸਾਰੇ ਹੀ ਕੁਸ਼ਨ ਇੰਪੋਰਟੈਂਟ ਨੇ ਠੀਕ ਹੈ ਸਾਰੇ ਕੰਟ ਕਰੰਟ ਅਫੇਅਰ ਦੇ ਵਿੱਚ ਨੇ ਆਪਾਂ ਨੂੰ ਪਤਾ ਹੈ ਕਿ ਜੇਕਰ ਸਬਜੈਕਟ ਦੇ ਅਕੋਰਡਿੰਗ ਦੇਖੀਏ ਤਾਂ ਕਰੰਟ ਅਫੇਅਰ ਜੀਕੇ ਰੀਜ਼ਨਿੰਗ ਮੈਥ ਉਹਨਾਂ ਦੇ ਵਿੱਚ ਕਰੰਟ ਅਫੇਅਰ ਜਿਹੜਾ ਹੈ ਉਹ ਇੱਕ ਅਲੱਗ ਤੋਂ ਟੌਪਿਕ ਹੈ ਜਿਦੇ ਤਾਂ ਤੁਹਾਨੂੰ ਪਤਾ ਹੈ ਕਿ ਐਗਜ਼ਾਮ ਦੇ ਲਈ 25 ਤੋਂ 30 ਨੰਬਰ ਕਿੰਨੇ ਇੰਪੋਰਟੈਂਟ ਨੇ FCI ਦੇ ਲਈ ਠੀਕ ਹੈ ਤਾਂ ਇਸ ਕਰਕੇ ਸਾਰੇ ਕੁਸ਼ਚਨ ਇੰਪੋਰਟੈਂਟ ਨੇ ਜਿੰਨੇ ਵੀ ਸੈੱਟ ਤੁਹਾਨੂੰ ਕਰੰਟ ਅਫੇਅਰ ਦੇ ਚਾਹੇ ਉਹ ਜੀਕੇ ਦੇ ਕਰਾਏ ਜਾਣ ਚਾਹੇ ਕਰੰਟ ਅਫੇਅਰ ਦੇ ਉਹਨਾਂ ਨੂੰ ਜਰੂਰ ਕਰਿਆ ਕਰੋ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਠੀਕ ਹੈ ਤਾਂ ਅੱਜ ਦੀ ਇਸ ਵੀਡੀਓ ਦਾ ਲਾਸਟ ਕੁਸ਼ਚਨ ਦੇਖਦੇ ਹਾਂ ਕੁਸ਼ਚਨ ਨੰਬਰ 30 ਪਾਰਲੀਮੈਂਟਰੀ ਮੈਸेंजर इन राजस्थान ਕਿਤਾਬ ਕਿਸ ਨੇ ਲਿਖੀ ਹੈ ਬੁੱਕ ਹੈ ਪਾਰਲੀਮੈਂਟ ਮੈਸੰਜਰੀਨ ਰਾਜਸਥਾਨ ਇਹ ਕਿਨਾਂ ਦੁਆਰਾ ਲਿਖੀ ਗਈ ਹੈ ਤਾਂ ਇਹ ਲਿਖੀ ਗਈ ਹੈ ਜੀ ਆਪਣੇ অপਸ਼ਨ ਨੰਬਰ ਜੇਕਰ ਗੱਲ ਕਰੀਏ ਬੀ ਕੇ ਐਨ ਭੰਡਾਰੀ ਦੁਆਰਾ ਠੀਕ ਹੈ ਕੇ ਐਨ ਭੰਡਾਰੀ ਨੇ ਜਿਹੜੇ ਉਹਨਾਂ ਨੇ ਬੁੱਕ ਲਿਖੀ ਹੈ ਪਾਰਲੀਮੈਂਟ ਮੈਸੰਜਰੀਨ ਰਾਜਸਥਾਨ ਦੀ ਠੀਕ ਹੈ ਇਸ ਬੁੱਕ ਦੀ ਬਹੁਤ ਜ਼ਿਆਦਾ ਚਰਚਾ ਕੀਤੀ ਗਈ ਜਿਦੇ ਵਿੱਚ ਕੀ ਰਾਜਸਥਾਨ ਦੀ ਪਾਰਲੀਮੈਂਟ ਉਹਨਾਂ ਦੀ ਜਿੰਨੀ ਵੀ ਪੋਲੀਟੀ ਆ ਉਹਦੀ ਗੱਲ ਕੀਤੀ ਗਈ ਹੈ ਠੀਕ ਹੈ ਬਹੁਤ ਚਰਚਾ ਦੇ ਵਿੱਚ ਰਹੀ ਇਹ ਬੁੱਕ ਤਾਂ ਇਹਦਾ ਜਿਹੜਾ ਰਾਈਟ ਆਪਸ਼ਨ ਹੈ ਉਹ ਹੈਗਾ ਜੀ ਕੇ ਐਨ ਭੰਡਾਰੀ ਉਹਨਾਂ ਦੁਆਰਾ ਇਹ ਬੁੱਕ ਲਿਖੀ ਗਈ ਹੈ ਤਾਂ ਇਹ ਸੀਗੇ ਜੀ ਅੱਜ ਦੇ ਆਪਣੇ 30 ਮੋਸਟ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਜਿਹੜੀ ਕਿ ਆਪਾਂ ਫਰਵਰੀ ਤੋਂ ਲੈ ਕੇ ਜੁਲਾਈ ਦੇ ਸੈੱਟ ਵਾਈਜ਼ ਚੱਲ ਰਹੇ ਆ ਲੈ ਕੇ ਠੀਕ ਹੈ ਤਾਂ ਜਰੂਰ ਇਹਨਾਂ ਸਾਰੇ ਕੁਐਸਚਨਸ ਨੂੰ ਕਵਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਪੋਰਟ ਕਰੋ ਠੀਕ ਹੈ ਡੇਲੀ ਆਪਾਂ ਸੈੱਟ ਵਾਈਜ਼ ਕਰੰਟ ਅਫੇਅਰ ਜੀਕੇ ਕਵਰ ਕਰਾਂਗੇ ਜੀਕੇ ਦੀ ਵੀ ਵੀਡੀਓਜ਼ ਪਾਈਆਂ ਗਈਆਂ ਨੇ ਚੈਨਲ ਤੇ ਉਹਨਾਂ ਨੂੰ ਵੀ ਜਰੂਰ ਜਾ ਕੇ ਪਲੇਲਿਸਟ ਦੇ ਵਿੱਚ ਦੇਖੋ ਠੀਕ ਹੈ ਬਾਕੀ ਵੀਡੀਓ ਦੇਖ